ਸਾਲ ਪਰਮਿੰਦਰਜੋਤ ਕੌਰ, ਆਈ ਲਿਵ ਇਨ ਦੋਦਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ, ਆਈ ਸਟੱਡੀ ਇਨ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਇਨ ਛਤਿਆਣਾ ਇਨ 8th ਕਲਾਸ। MD ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਪਿੰਡ ਛਤਿਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਮੈਂ ਆਪਣੀ ਸਕੂਲ ਦੀ ਜੋ ਵਿਦਿਆਰਥਣ ਹੈ ਪਰਮਿੰਦਰਜੋਤ ਕੌਰ, ਡਾਟਰ ਆਫ ਸੁਖਮੰਦਰ ਸਿੰਘ, ਪਿੰਡ ਦੋਦਾ, ਜੋ ਕਿ ਕਿਸਮੇ ਕਿਤਨਾ ਹੈ ਦਮ ਪ੍ਰੋਗਰਾਮ ਦੇ ਪਹਿਲੇ 4 ਰਾਊਂਡ ਕਲੀਅਰ ਕਰਕੇ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚੀ ਹੈ। ਇਹ ਸਾਡੇ ਸੰਸਥਾ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ। ਇਸ ਵਿਦਿਆਰਥਣ ਨੇ ਸਾਡੇ ਸਕੂਲ ਦੇ ਵਿੱਚ ਖੇਡਦੇ ਹੋਏ ਨੈੱਟਬਾਲ ਦੇ ਖੇਡਦੇ ਹੋਏ ਇਹ ਵਿਦਿਆਰਥਣ ਜਿਹੜੀ ਹੈਗੀ ਹੈ ਉਹ ਨੈਸ਼ਨਲ ਪੱਧਰ ਤੱਕ ਜਿਹੜੀ ਆਪਣੀ ਪਾਰਟੀਸਪੇਸ਼ਨ ਕਰਕੇ ਆਈ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਾਡੀ ਸੰਸਥਾ ਦੀ ਇਹ ਵਿਦਿਆਰਥਣ ਫਾਈਨਲ ਰਾਊਂਡ ਜਿੱਤ ਕੇ ਆਵੇ। ਪਰਮਾਤਮਾ ਇਸ ਬੱਚੀ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਦਾ ਬਲ ਬਖਸ਼ੇ। ਕਿਸਮੇ ਕਿਤਨਾ ਹੈ ਦਮ ਪ੍ਰੋਗਰਾਮ ਦੀ ਸਾਰੀ ਟੀਮ ਦਾ ਅਸੀਂ ਸੰਸਥਾ ਦੇ ਵਿੱਚ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ। ਇਹ ਜੋ ਵਿਦਿਆਰਥਣ ਹੈ ਉਹ ਸਟੱਡੀ ਦੇ ਵਿੱਚ ਵੀ ਬਹੁਤ ਵਧੀਆ ਹੈ, ਚੰਗੇ ਨੰਬਰ ਲੈ ਕੇ ਜਿਹੜੀ ਹੈਗੀ ਹੈ ਉਹ ਆਪਣੀਆਂ ਜਿਹੜੀਆਂ ਪਿਛਲੀਆਂ ਕਲਾਸਿਸ ਪਾਸ ਕਰ ਰਹੀ ਹੈ। ਇਸ ਦੇ ਮਾਪੇ ਵੀ ਜਿਹੜੇ ਹੈਗੇ ਇਸ ਬੱਚੀ ਨੂੰ ਬਹੁਤ ਸਹਿਯੋਗ ਦੇ ਰਹੇ ਹਨ।
everyone, I am a teacher of Baba Institution, Baba Free Senior Secondary School, Chatyana. Now I am teach a English subject in this institution. The student of this institution is very brilliant in games as well as curricular activities like games and academics also. Now I am session 2023 and 4, I am in charge of 8th class. The student of Parminder is a very brilliant student in academic as and games. They have participated in many, she has participated in many games and like annual functions and national level games they played. ਹੁਣ ਅਸੀਂ ਇਹਦੇ ਵਾਸਤੇ ਇਹੀ ਕਾਮਨਾ ਜਾਂ ਅਰਦਾਸ ਕਰਦੇ ਹਾਂ ਕਿ ਸਾਰੇ ਸਟੂਡੈਂਟ ਆ ਜੋ ਵੀ ਅੱਗੇ ਆਪਣੇ ਸਕੂਲ ਵਾਸਤੇ, ਇੰਸਟੀਟਿਊਸ਼ਨ ਵਾਸਤੇ ਅਤੇ ਆਪਣੇ ਮਾਂ ਬਾਪ ਵਾਸਤੇ ਅੱਗੇ ਕਿ ਤਰੱਕੀ ਲਈ ਬਣੇ, ਰਸਤਾ 'ਚ ਬਣੇ ਅਤੇ ਅੱਗੇ ਆਪਦੀ ਜ਼ਿੰਦਗੀ ਦੇ ਵਿੱਚ ਐਵੇਂ ਹੀ ਵਧੇ ਫੁੱਲੇ। ਸਾਡੀ ਬੱਚੀ ਨੇ ਪਹਿਲੇ KKD HD ਦੇ ਵਿੱਚ 4 ਰਾਊਂਡ ਵਿੱਚ ਪਾਰਟੀਸਪੇਟ ਕੀਤਾ ਸੀ ਅਤੇ ਹੁਣ ਉਹ ਫਾਈਨਲ ਰਾਊਂਡ ਵਿੱਚ ਪਹੁੰਚੀ ਹੈ। ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਉਹ ਫਾਈਨਲ ਜਿੱਤ ਕੇ ਆਵੇ, ਆਪਣੇ ਪੇਰੈਂਟਸ ਦਾ ਅਤੇ ਇਸ ਇੰਸਟੀਟਿਊਸ਼ਨ ਦਾ ਨਾਮ ਰੋਸ਼ਨ ਕਰੇ। ਮੈਨੂੰ ਖੇਡਾਂ ਦਾ ਬਹੁਤ ਸ਼ੌਂਕ ਹੈ, ਮੇਰੀ ਹੋਬੀ ਖੇਡਾਂ ਹਨ। ਮੈਨੂੰ ਨੈੱਟਬਾਲ ਗੇਮ ਵਿੱਚ ਮੈਂ ਪਾਰਟੀਸਪੇਟ ਕੀਤਾ ਸੀ ਅਤੇ ਮੈਂ ਨੈਸ਼ਨਲ ਤੱਕ ਖੇਡ ਕੇ ਆਈ ਹਾਂ। ਸਾਡੇ ਸਕੂਲ ਵਿੱਚ, ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਵਿੱਚ KKHD ਸ਼ੋਅ ਵਾਲੇ ਆਏ ਸੀ। ਉਹਨਾਂ ਨੇ ਸਾਨੂੰ ਦੱਸਿਆ ਕਿ ਬੱਚੇ ਆਪਣਾ ਟੈਲੈਂਟ ਇਸ ਵਿੱਚ ਵੱਖ ਵੱਖ ਤਰੀਕਿਆਂ ਨਾਲ ਦਿਖਾ ਸਕਦੇ ਹਨ ਅਤੇ ਮੈਨੂੰ ਡਾਂਸ ਦਾ ਬਚਪਨ ਤੋਂ ਹੀ ਬਹੁਤ ਸ਼ੌਂਕ ਹੈ ਅਤੇ ਮੈਂ ਡਾਂਸ ਵਿੱਚ ਪਾਰਟੀਸਪੇਟ ਕੀਤਾ ਅਤੇ ਮੈਂ 4 ਰਾਊਂਡ ਪਾਰ ਕਰਕੇ ਅੱਜ ਫਾਈਨਲ ਵਿੱਚ ਹਾਂ। ਹੁਣ ਮੇਰੇ ਰੱਬ ਕਰੇ, ਵਾਹਿਗੁਰੂ ਕਰੇ ਕਿ ਮੈਂ ਹੁਣ ਫਾਈਨਲ ਜਿੱਤ ਕੇ ਹੀ ਵਾਪਸ ਆਵਾਂ। ਮੈਂ 4 ਰਾਊਂਡ ਦੇ ਚੁੱਕੀ ਹਾਂ, 2 ਮੇਰੇ ਗਿੱਦੜਵਾ ਅਤੇ 2 ਮੇਰੇ ਬਠਿੰਡੇ ਹੋ ਚੁੱਕੇ ਹਨ। ਜਦੋਂ ਮੈਂ ਘਰ ਫ੍ਰੀ ਹੁੰਦੀ ਹਾਂ, ਮੈਂ ਡਾਂਸ ਦੀ ਪ੍ਰੈਕਟਿਸ ਜਾਂ ਸਟੱਡੀ ਕਰਦੀ ਹਾਂ ਅਤੇ ਜਾਂ ਟੈਰਿਸ 'ਤੇ ਜਾ ਕੇ ਡਾਂਸ ਦੀ ਪ੍ਰੈਕਟਿਸ ਕਰਦੀ ਹਾਂ। ਮੈਂ TV ਨੂੰ ਦੇਖ ਕੇ ਡਾਂਸ ਦੀ ਪ੍ਰੈਕਟਿਸ ਕਰਦੀ ਹਾਂ। ਮੈਨੂੰ ਡਾਂਸ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ। ਮੈਂ ਆਪਣੇ ਬ੍ਰਦਰ ਨਾਲ ਘਰ ਵਿੱਚ ਫ੍ਰੀ ਟਾਈਮ ਵਿੱਚ ਕੈਰਮ ਬੋਰਡ ਜਾਂ ਲੂਡੋ ਖੇਡਦੀ ਹਾਂ ਅਤੇ ਮੈਂ ਉਸਨੂੰ ਡਾਂਸ ਵੀ ਸਿਖਾਉਂਦੀ ਹਾਂ ਫ੍ਰੀ ਟਾਈਮ ਵਿੱਚ। ਆਪਣੀ ਮੰਮਾ ਨਾਲ ਘਰ ਦੇ ਕੰਮਾਂ ਵਿੱਚ ਹੱਥ ਵੀ ਵਟਾਉਂਦੀ ਹਾਂ। ਪਹਿਲਾਂ ਸੁਬਾਹ ਸਭ ਤੋਂ ਪਹਿਲਾਂ ਸਕੂਲ ਜਾਂਦੀ ਹਾਂ ਅਤੇ ਆ ਕੇ ਟਿਊਸ਼ਨ 'ਤੇ ਜਾਂਦੀ ਹਾਂ। ਟਿਊਸ਼ਨ ਤੋਂ ਆ ਕੇ ਫਿਰ ਮੈਂ ਸਟੱਡੀ ਕਰਨੀ ਹੁੰਦੀ ਹੈ ਬਿਕੋਜ਼ ਸਾਡੇ ਸਕੂਲ ਵਾਲੇ ਬਹੁਤ ਜ਼ਿਆਦਾ ਟੈਸਟ ਦੱਸਦੇ ਹਨ ਅਤੇ ਬੋਰਡ ਦੀ ਕਲਾਸ ਹੈ, ਬਹੁਤ ਜ਼ਿਆਦਾ ਸਟੱਡੀ ਕਰਨੀ ਪੈਂਦੀ ਹੈ ਤਾਂ ਮੈਂ ਆ ਕੇ ਵੀ ਪੜ੍ਹਦੀ ਹਾਂ। ਜੇ ਕੋਈ ਫ੍ਰੀ ਟਾਈਮ ਮਿਲ ਜਾਵੇ ਤਾਂ ਫਿਰ ਡਾਂਸ ਦੀ ਪ੍ਰੈਕਟਿਸ ਵੀ ਕਰ ਲੈਂਦੀ ਹਾਂ। ਮੈਂ ਵੱਡੀ ਹੋ ਕੇ ਪੁਲਿਸ ਆਫਿਸਰ ਬਣਨਾ ਚਾਹੁੰਦੀ ਹਾਂ।
ਮੇਰਾ ਨਾਮ ਮਨਦੀਪ ਕੌਰ ਹੈ ਜੀ। ਮੈਂ ਪਿੰਡ ਦੋਦਾ ਜ਼ਿਲ੍ਹਾ ਮੁਕਤਸਰ ਦੀ ਰਹਿਣ ਵਾਲੀ ਹਾਂ ਜੀ। ਮੇਰੇ ਬੱਚੇ ਦਾ ਨਾਮ ਪਰਮਿੰਦਰਜੋਤ ਕੌਰ ਹੈ ਜੀ। ਇਹ ਬੱਚੇ ਨੂੰ ਸ਼ੁਰੂ ਤੋਂ ਹੀ ਗੇਮ 'ਚ ਅਤੇ ਡਾਂਸ ਦਾ ਬਹੁਤ ਹੀ ਸ਼ੌਂਕ ਹੈ ਜੀ ਬੱਚੇ ਨੂੰ, ਅਤੇ ਹਰੇਕ ਚੀਜ਼ ਵਿੱਚ ਫਸਟ ਹੀ ਆਉਂਦਾ ਜੀ। ਮੇਰਾ ਬੱਚਾ ਬਹੁਤ ਹੀ ਸਮਝਦਾਰ ਅਤੇ ਸਿਆਣਾ ਜੀ। ਇਹ ਪੜ੍ਹਾਈ ਵਿੱਚ ਵੀ ਬਹੁਤ ਹੀ ਹੁਸ਼ਿਆਰ ਹੈ ਜੀ। ਮੇਰੇ ਬੱਚੇ ਨੇ KKHD ਸ਼ੋਅ ਵਿੱਚ ਭਾਗ ਲਿਆ ਸੀ। ਹੁਣ ਮੇਰਾ ਬੱਚਾ ਫਾਈਨਲ ਰਾਊਂਡ ਵਿੱਚ ਪਹੁੰਚ ਚੁੱਕਿਆ ਜੀ। ਮੈਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੀ ਹਾਂ ਜੀ, ਮੇਰਾ ਬੱਚਾ ਉੱਥੋਂ ਜਿੱਤ ਕੇ ਹੀ ਵਾਪਸ ਆਵੇ। ਜਦੋਂ ਮੇਰੀ ਬੇਟੀ ਘਰ ਫ੍ਰੀ ਹੁੰਦੀ ਹੈ ਜੀ, ਉਦੋਂ ਮੇਰੇ ਨਾਲ ਘਰ ਦੇ ਕੰਮਕਾਰਾਂ ਵਿੱਚ ਵੀ ਹੱਥ ਵਟਾਉਂਦੀ ਹੈ ਜੀ, ਅਤੇ ਹਮੇਸ਼ਾ ਹੀ ਇਹ ਕੁਛ ਨਾ ਕੁਛ ਨਵਾਂ ਕਰਨ ਵਿੱਚ ਰੁੱਝੀ ਰਹਿੰਦੀ ਹੈ ਜੀ। ਇਸ ਨੂੰ ਦੁਨੀਆ ਤੋਂ ਕੁਛ ਵੱਖਰਾ ਹੀ ਕਰਨ ਦਾ ਜਨੂੰਨ ਹਮੇਸ਼ਾ ਹੀ ਇਹਦੇ ਸਿਰ 'ਤੇ ਸਵਾਰ ਰਹਿੰਦਾ ਜੀ। ਪਰਮਾਤਮਾ ਇਸ ਦਾ ਹਰੇਕ ਹੀ ਸੁਪਨਾ ਪੂਰਾ ਕਰੇ ਜੀ। ਮੇਰੇ ਬੱਚੇ ਨੇ 1.5 ਸਾਲ ਦੀ ਨਹੀਂ ਮੇਰੇ ਨਾਲ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸੀ ਜੀ। ਉਦੋਂ ਬੱਚਾ ਹਜੇ ਮੇਰਾ ਦੁੱਧ ਹੀ ਪੀਂਦਾ ਸੀ ਜੀ, ਪਰ ਫਿਰ ਵੀ ਇਹਨੂੰ ਕਲਾਸ 'ਚ ਬਹਿਣ ਦਾ ਉਸ ਤੋਂ ਹੀ ਮਤਲਬ ਕਿ ਇਹਨੇ ਉਸ ਟਾਈਮ ਹੀ ਸਿੱਖ ਲਿਆ ਸੀ ਵੀ ਕਿਵੇਂ ਕਲਾਸ ਦੇ ਵਿੱਚ ਬੈਠਣਾ, ਰਹਿਣਾ, ਸਹਿਣਾ। ਵੀ ਸ਼ੁਰੂ ਤੋਂ ਹੀ ਬੱਚਾ ਬਹੁਤ ਐਕਟਿਵ ਆ ਜੀ ਅਤੇ ਬਹੁਤ ਹੀ ਹੁਸ਼ਿਆਰ ਆ ਜੀ ਪੜ੍ਹਾਈ ਦੇ ਵਿੱਚ। These materials are essential to our life.
Some of materials, these are available in natural, are the used in natural form. These materials are called natural material. For example, sunlight, wood, etc. These materials are manufactured in factories, industries, and are the made from material. For example, plastic, glass, etc. Can you make a list of various materials used in our daily life and classify them in natural and man-made? On the basis of your knowledge complete table, you can include toys, different materials, paper, grains, etc. in your list. Can we use all the natural? You have already studied in about water in class 7th. In water a limited resource. In this light of availability of various resources in natural and nature, resource can be broadly classified into two kinds, exhaustible natural source and exhaustible natural source. Let us discuss them in details. Exhaustible natural resource. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਮੰਦਰ ਸਿੰਘ ਹੈ ਜੀ, ਮੈਂ ਪਰਮਿੰਦਰਜੋਤ ਕੌਰ ਦਾ ਡੈਡੀ ਹਾਂ ਜੀ। ਮੇਰੀ ਕੁੜੀ ਨੂੰ ਸ਼ੁਰੂ ਤੋਂ ਹੀ ਡਾਂਸ ਦਾ ਸ਼ੌਂਕ ਹੈ ਜੀ, ਅਤੇ ਇਹਨੇ KKHD ਵਿੱਚ ਭਾਗ ਲਿਆ ਜੀ, 4 ਰਾਊਂਡ ਪਾਸ ਕਰਕੇ ਅਤੇ ਹੁਣ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਜੀ, ਅਤੇ ਵਧੀਆ ਚਲੋ ਜਿੱਤ ਕੇ ਆਵੇ ਉੱਥੋਂ ਜੀ। ਇਹਨੂੰ ਗੇਮ ਦਾ ਵੀ ਸ਼ੌਂਕ ਹੈ ਜੀ, ਨੈੱਟਬਾਲ 'ਚ ਲੱਗੀ ਹੋਈ ਹੈ ਮੇਰੀ ਗੁੜੀਆ ਜੀ, ਉੱਥੇ ਵੀ ਨੈਸ਼ਨਲ ਖੇਡੀ ਜੀ, ਵਧੀਆ ਖੇਡਦੀ ਆ, ਉੱਥੇ ਵੀ ਪੜ੍ਹਾਈ 'ਚ ਵੀ ਬਹੁਤ ਹੁਸ਼ਿਆਰ ਆ ਜੀ, ਅਤੇ ਫਰੀ ਟਾਈਮ 'ਚ ਘਰ ਪ੍ਰੈਕਟਿਸ ਵਗੈਰਾ ਕਰਦੀ ਰਹਿੰਦੀ ਡਾਂਸ ਦੀ, ਪੜ੍ਹਾਈ ਵੀ ਕਰਦੀ ਹੈ ਜੀ, ਵਧੀਆ ਪੜ੍ਹਦੀ ਆ। ਮੇਰੀ ਬੇਟੀ ਘਰ ਦੇ ਕੰਮਾਂ ਵਿੱਚ ਆਪਦੀ ਮੰਮਾ ਨਾਲ ਹੱਥ ਵਟਾਉਂਦੀ ਆ, ਇਹ ਆਪਣੇ ਭਾਈ ਨੂੰ ਡਾਂਸ ਦੀ ਪ੍ਰੈਕਟਿਸ ਵਗੈਰਾ ਵੀ ਕਰਾਉਂਦੀ ਆ ਘਰੇ। ਸਾਰੀ ਗੱਲ ਮੰਨਦੇ ਨੇ ਜੀ, ਮੇਰੀ ਬੇਟੀ ਨੇ ਕਿਸਮੇ ਕਿਤਨਾ ਹੈ ਦਮ ਦੇ 4 ਰਾਊਂਡ ਪਾਰ ਕਰ ਲਏ ਨੇ ਜੀ, ਫਾਈਨਲ ਵਿੱਚ ਪਹੁੰਚ ਚੁੱਕੀ ਹੈ ਜੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਜੀ ਕਿ ਮੇਰੀ ਬੇਟੀ ਫਾਈਨਲ ਜਿੱਤ ਕੇ ਆਵੇ, ਆਪਣੇ ਪਿੰਡ ਸਕੂਲ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ। ਸਕੂਲ ਵਿੱਚ ਹਰੇਕ ਸਾਲ ਐਨੂਅਲ ਫੰਕਸ਼ਨ ਹੁੰਦਾ ਹੈ ਅਤੇ ਮੈਂ ਹਰੇਕ ਵਾਰ ਉਸ ਵਿੱਚ ਪਾਰਟੀਸਪੇਟ ਕਰਦੀ ਹਾਂ।
ਮੈਂ ਐਨੂਅਲ ਫੰਕਸ਼ਨ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦੇ ਸਾਕੇ ਵਿੱਚ ਪਾਰਟੀਸਪੇਟ ਕੀਤਾ ਸੀ ਅਤੇ ਅਸੀਂ ਉਸ ਸਾਕੇ ਰਾਹੀਂ ਬਠਿੰਡੇ ਤੱਕ ਖੇਡਣ ਗਏ ਅਤੇ ਉਸ ਤੋਂ ਅਸੀਂ ਕੁਝ ਸਰਟੀਫਿਕੇਟ ਹਾਸਿਲ ਕੀਤੇ। ਮੈਂ ਥੈਂਕਸ ਕਰਦੀ ਹਾਂ ਆਪਣੇ ਮੰਮੀ ਪਾਪਾ ਦਾ ਅਤੇ ਆਪਣੀ ਪੂਰੀ ਫੈਮਿਲੀ ਦਾ ਜਿਹੜੇ ਮੇਰੀ ਹਰ ਵਿਸ਼ ਪੂਰੀ ਕਰਦੇ ਹਨ ਅਤੇ ਮੈਨੂੰ ਫੁੱਲ ਸਪੋਰਟ ਕਰਦੇ ਹਨ। ਮੇਰੀ ਫੈਮਿਲੀ ਦੇ ਕਾਰਨ ਹੀ ਮੈਂ ਅੱਜ ਫਾਈਨਲ ਤੱਕ ਪਹੁੰਚੀ ਹਾਂ। ਮੈਂ ਥੈਂਕਸ ਕਰਦੀ ਹਾਂ ਵਰੁਣ ਸਰ ਅਤੇ ਸਾਰੀ KKH ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਆਪਣਾ ਟੈਲੈਂਟ ਦਿਖਾਉਣ ਲਈ ਇਹ ਪਲੇਟਫਾਰਮ ਪ੍ਰੋਵਾਈਡ ਕੀਤਾ। Thank you, KKHD.